ਖੇਡਿਆ ਪੰਜਾਬ ਦੇ ਵਿੱਚ ਵੀ ਵੱਡੇ ਮੇਲੇ ਲੁੱਟੇ ਆ ਆਓ ਸਾਹਮਣੇ ਕਹਿੰਦੇ ਜੋਗੇ ਵਾਲੀ ਇਹ ਗਗਨ ਦੀ ਰੇਡ ਚਾਰਾਂ ਦੇ ਵਿੱਚੋਂ ਕੌਣ ਟਰਾਈ ਕਰੇਗਾ ਇੱਕ ਪਾਸੇ ਤਖਤੂਪੁਰਾ ਸਾਹਿਬ ਦੀ ਧਰਤੀ ਦਾ ਲਵੀ ਤਿਆਰ ਹੈ ਨਾਲ ਗੁਪਤਾ ਹੈ ਨਾਲ ਬੱਬੂ ਹੈ ਤੇ ਨਾਲ ਘੋੜੀਏ ਪਿੰਡ ਦਾ ਹਰਮਨ ਹੈ ਆਓ ਪਹਿਲੀ ਰੇਡ ਪਹਿਲੀ ਚੋਰੀ ਤੇ ਪਹਿਲੇ ਫਾਹੇ ਵਾਲੀ ਗੱਲ ਹੈ ਉਧਰਲੇ ਬੰਨੇ ਗਗਨ ਦੀਆਂ ਅਗਲੀਆਂ ਦੋ ਰੇਡਾਂ ਕੁਲਦੀਪ ਧਾਲੀਵਾਲ ਕੈਨੇਡਾ 500 ਦੀਆਂ ਕਹਿੰਦੇ ਹੈ ਲੈ ਲਿਆ ਗਗਨ ਫੜ ਲਿਆ ਅਗਲਿਆਂ ਨੇ ਗਗਨ ਫੜ ਲਿਆ ਨੇ ਤੁਸੀਂ ਤਿਆਰੀ ਫੜ ਲਓ ਉਹਨਾਂ ਨੇ ਗਗਨ ਫੜ ਲਿਆ ਤੁਸੀਂ ਹੁਣ ਤਿਆਰੀ ਫੜ ਲਓ ਰੈਫਰੀ ਵੀਰਾਂ ਨੂੰ ਵੇਖਦੇ ਵੀ ਇੱਕ ਸਾਈਡ ਲਾਈਨਮੈਨ ਹੈ ਨੀ ਗਾ ਗਾਲ ਵਾਲੇ ਬਿੱਲੇ ਦੇ ਮਗਰਲੀ ਸਾਈਡ ਇੱਕ ਲਾਈਨਮੈਨ ਜ਼ਰੂਰ ਆ ਜਾਵੇ ਆਓ ਸਾਹਮਣੇ ਕਹਿੰਦੇ ਕੋਰੇ ਵਾਲੀਏ ਸੁਖਬੀਰ ਦੀ ਕਬੱਡੀ ਹੈ ਪਾਲਿਆ ਤਿਆਰੀ ਫੜ ਲਾ ਮੁੰਡਿਆ ਸਵਾਦ ਆ ਜਾਏ ਪੰਜ ਬਰਾਬਰ ਦਾ ਗੱਡੂ ਪੰਜ ਬਰਾਬਰ ਪੰਜ ਬਰਾਬਰ ਪੰਜ ਬਰਾਬਰ ਪੰਜ ਬਰਾਬਰ ਪੰਜ ਬਰਾਬਰ ਪੰਜ ਬਰਾਬਰ ਆਓ ਵੱਜ ਗਈ ਕੈਂਚੀ ਆਹ ਨਿੱਕਾ ਪਾਲਾ ਆਹ ਕਾਲੋਂ ਦਾ ਪੁੱਤਰ ਆਹ ਲਾ ਗਿਆ ਗੱਲਾਂ ਟਿਕਾਣੇ ਜੀ ਉਹ ਸੋਹਣਿਆ ਆਓ ਸਾਹਮਣੇ ਜੋਤੀ ਅਕਾਲਗੜੀਆ ਪਾਈ ਪਾਣੀ ਜ਼ਰੂਰ ਪੀਦਾ ਕਰ ਦੋ ਜੀ ਗਰਾਊਂਡ ਦੇ ਵਿੱਚ ਪੀਣ ਵਾਲਾ ਪਾਣੀ ਆਹ ਜੋਤੀ ਕਹਿੰਦੇ ਕਾਲਗੜੀ ਹੈ ਇੱਕ ਇੱਕ ਰੇਡ ਪਈ ਹੈ ਤੇ ਉਹੀ ਜੱਫਾ ਲੱਗ ਗਿਆ ਆਹ ਜੋਤੀ ਦੀ ਰੇਡ ਮੁੰਡਾ ਕਾਲਗੜ ਵਾਲਾ ਚੋਗੇ ਵਾਲੇ ਦੀ ਟੀਮ ਦਾ ਪੁੱਤ ਬਣ ਕੇ ਖੇਡ ਰਿਹਾ ਆਹ ਘੋਲੀਏ ਵਾਲੇ ਹਰਮਨ ਦੀ ਛਾਤੀ ਚ ਟੱਚ ਮਾਰਿਆ ਤੇ ਮੁੰਡਾ ਬਾਟਾ ਵੜਦਾ ਹੀ ਤੁਰਿਆ ਆਉਂਦਾ ਆਹ ਨਿਸ਼ਾਨ ਨਿਸ਼ਾਨ ਥਾਂਦੇ ਵਾਲੀਆ ਪੰਜਾਬ ਲਾਈਵ ਦਾ ਕੈਮਰਾਮੈਨ ਵੱਡੀ ਸਟੇਜ ਦੇ ਕੋਲੇ ਚਲਾ ਜਾਵੇ ਆਹ ਨੈਲੇ ਬਘਿਆਰ ਚੋਗੇ ਵਾਲੀਆਂ ਨਾਲ ਟੱਕਰ ਤੇ ਕਹਿੰਦੇ ਗੀਤਾ ਨਹੀਂ ਮੰਨਦਾ ਗੀਤਾ ਨਹੀਂ ਮੰਨਦਾ ਆਹ ਖਿਡਾਰੀ ਵਰਲਡ ਕੱਪ ਵੀ ਖੇਡਿਆ ਖਿਡਾਰੀ ਇੰਗਲੈਂਡ ਵੀ ਖੇਡਿਆ ਖਿਡਾਰੀ ਅਮਰੀਕਾ ਵੀ ਖੇਡਿਆ ਤੇ ਖਿਡਾਰੀ ਕੈਨੇਡਾ ਵੀ ਖੇਡਿਆ ਮੇਰੇ ਮਿੱਤਰੋ ਖਿਡਾਰੀ ਲੀਗ ਵੀ ਖੇਡਿਆ ਆਹ ਕਹਿੰਦੇ ਸੁਰਿੰਦਰ ਮਾਨਕ ਦਾ ਚਹੇਤਾ ਇਸ ਸਮੇਂ ਕਬੱਡੀ ਪਾ ਰਿਹਾ ਲਗਨ ਜੋਗੇ ਵਾਲੀ ਆ ਕੁਲਵੰਤ ਕਾਲੋਂ ਦਾ ਤਰਾਸ਼ਿਆ ਹੋਇਆ ਚੇਲਾ ਬਾਲਕਾ ਆਓ ਸਾਹਮਣੇ ਹਲਕਾ ਜਿਹਾ ਟੱਚ ਕਰਕੇ ਯਾਦ ਵਾਲਿਆਂ ਨੇ ਵੱਡੀ ਗੱਡੀ ਦੇ ਕੇ ਸਨਮਾਨ ਕੀਤਾ ਔਰ ਸਾਹਮਣੇ ਪੁਆਇੰਟ ਜਿਹੜਾ ਲਗਨ ਦਾ ਤੇ ਸੁਖਵੀਰ ਦੀ ਲਓ ਸੁਖਵੀਰ ਕਹਿੰਦੇ ਕੋਰੇ ਆਈ ਆ ਰੇਡ ਪਾਉਣ ਦੇ ਲਈ ਵਾਧਾ ਹੋਇਆ ਚਾਰ ਜਾਫੀ ਹੈ ਇੱਕ ਪਾਸੇ ਮਹਿਲਾ ਜੋਗੇ ਵਾਲੀ ਹੈ ਇਹ ਵੀ ਪਿਛਲੇ ਸਾਲ ਜਿਹੜੀ ਲੀਗ ਹੋਈ ਹੈ ਇਹਨੂੰ ਵੀ ਤੁਸੀਂ ਪੀਟੀਸੀ ਦੇ ਜੱਫੇ ਲਾਉਂਦਿਆਂ ਦੇਖਿਆ ਲਓ ਦੋ ਨੰਬਰ ਤੋਂ ਫੇਰ ਆਓ ਕੀਪਾ ਜੋਗੇ ਵਾਲੀਆ ਕਰਦਾ ਹੋਇਆ ਕਮਾਲ ਕਿ ਕਈ ਜਾਫੀ ਜੁਰਤ ਰੱਖਦੇ ਜੱਫਾ ਲਾ ਕੇ ਹਿੱਕ ਤੇ ਬਹਿਣ ਦੀ ਜੀ ਕਈ ਉੜਦੇ ਪਰਿੰਦਿਆਂ ਨੂੰ ਥੱਲੇ ਲਾਉਂਦੇ ਦਿੰਦੇ ਇਜਾਜ਼ਤ ਨਾਲ ਉੜਦੇ ਰਹਿਣ ਦੀ ਜੀ ਆਹ ਮੁੰਡੇ ਨੇ ਕਮਾਲ ਹੀ ਕਰ ਦਿੱਤੀ ਹੈ ਉਹ ਮੁੰਡੇ ਨੇ ਕਮਾਲ ਹੀ ਕੀਤੀ ਹੈ ਘੋੜੀਏ ਵਾਲਿਆ ਤਿਆਰੀ ਫੜ ਲਾ ਹਰਮਨ ਤੇਰੇ ਜੱਫੇ ਵੀ ਮੁੰਡਿਆ ਟੌਪ ਦੇ ਹੈ ਇਹ ਲੁੱਦਰ ਨੂੰ ਵੀ ਫੜ ਲੈਂਦਾ ਇਹ ਸੁਲਤਾਨ ਨੂੰ ਵੀ ਫੜ ਲੈਂਦਾ ਆਹ ਖਿਡਾਰੀ ਦੀ ਗੱਲ ਕੀਤੀ ਦਰਸ਼ਕ ਵੀਰੇ ਹਰਮਨ ਘੋੜੀਏ ਵਾਲਾ ਕਹਿੰਦੇ ਗੇਲੇ ਦੇ ਪਰਿਵਾਰ ਦੇ ਵਿੱਚੋਂ ਐਨ ਵੱਡੀਆਂ ਗੱਲਾਂ ਮੇਰੇ ਮਿੱਤਰੋ ਫੜ ਲੈ ਜਦੋਂ ਪੱਟ ਘੋੜੀਆ ਕਹਿੰਦੇ ਫਿਰ ਛੜਦਾ ਨੇ ਫੜ ਲੈ ਜਦੋਂ ਲੱਤ ਘੋੜੀਆ ਕਹਿੰਦੇ ਫਿਰ ਛੜਦਾ ਨੇ ਲਓ ਠੰਡ ਵਾਲੀ ਆ ਨਿਸ਼ਾਨ ਆਹ ਮੁੰਡਾ ਮੁਕਸਰੀਆ ਕਾਂਗੇ ਵਾਲੇ ਗੁਰਵਿੰਦਰ ਦੇ ਨਾਲ ਉਹ ਪਿਆ ਹੋਇਆ ਪੰਗਾ ਟੱਕਰ ਚੱਲ ਰਹੀ ਹੈ ਹੰਦਿਆਂ ਦੇ ਲਾਗੇ ਉਹ ਬੱਲੇ 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 ਆਹ ਦੁਨੀਆ ਕਬੱਡੀ ਹੋਈ ਪਈ ਅੱਜ ਮਨਸੂਰ ਦੇ ਵਿੱਚ ਐਨ ਬਹਿ ਜਾ ਹੋ ਗਈ ਮੇਰੇ ਮਿੱਤਰੋ ਧਾਗੇ ਵਾਲੇ ਨੇ ਤਾਂ ਮੈਨੂੰ ਲੱਗਦਾ ਹੈਂਡ ਬ੍ਰੇਕਾਂ ਖਿੱਚਦੀਆਂ ਸੀਗੀਆਂ ਨਾ ਗਾਂ ਤੇ ਨਾ ਪਛਾਂ ਨਾ ਗਾਂ ਤੇ ਨਾ ਪਛਾਂ ਹਰਮਨ ਘੋੜੀਏ ਦਾ ਆਹ ਗਗਨ ਜੋਗੇ ਵਾਲੀਆ ਅੱਜ ਕਹਿੰਦੇ ਉਸਤਾਦ ਆਪ ਚੱਲ ਕੇ ਆਇਆ ਹੋਇਆ ਆਪਣੀ ਟੀਮ ਦੇ ਨਾਲ ਕੋਰੇ ਵਾਲੀਆ ਔਰ ਕਹਿੰਦੇ ਗੱਲਾਂ ਸਵਰਗੀ ਸਰਦਾਰ ਜੰਤ ਸਿੰਘ ਦੇ ਪੁੱਤਰ ਦੀਆਂ ਕਿ ਮਾਂ ਮਰੇ ਤਾਂ ਮੁੱਕ ਜਾਣ ਮਾਪੇ ਪਿਓ ਮਰੇ ਘਰ ਵਿਹਲਾ ਕਿ ਜਿਸ ਦਿਨ ਵੀਰ ਪਿਆਰੇ ਤੁਰ ਜਾਣ ਉੱਜੜ ਜਾਂਦਾ ਇਹ ਬੇਲਾ ਆਓ ਸਾਹਮਣੇ ਇਧਰਲੇ ਬੰਨੇ ਕੁਲਦੀਪ ਸਿੰਘ ਜੀ ਧਾਲੀਵਾਲ ਕੈਨੇਡਾ ਇਹਨਾਂ ਬੋਲਾਂ ਦੇ ਵੱਡੇ ਮਾਣ ਸਨਮਾਨ ਪੇਦੇ ਕਰਦਾ ਸਾਡਾ ਵੱਡਾ ਭਰਾ ਆਓ ਸਾਹਮਣੇ ਆ ਖੇਡਿਆ ਸੀ ਜੋਜੋ ਹਨੀ ਸਿੰਘ ਦੀ ਟੀਮ ਲਈ ਇਹ ਉਹ ਕਹਿੰਦੇ ਪਹਿਲਾ ਬਿਆੜ ਆਉਂਦੇ ਆ ਐਵੇਂ ਨਹੀਂ ਆਉਂਦੇ ਉਧਰ ਕੁਲਦੀਪ ਸਿੰਘ ਜੀ ਕੈਨੇਡਾ ਉਹਨਾਂ ਵੱਲੋਂ ਵੱਡੇ ਮਾਣ ਪਿਆਰ ਪੁੱਜੇ ਆ ਉਹਨਾਂ ਵੱਲੋਂ ਵੱਡੇ ਮਾਣ ਲਈ ਜੋਗੀ ਗਗਨ ਦੇ ਨੇ ਵੀ 500 ਦੇ ਵੱਡੇ ਮਾਣ ਪਿਆਰ ਕੁਲਦੀਪ ਸਿੰਘ ਜੀ ਕੈਨੇਡਾ ਉਹਨਾਂ ਵੱਲੋਂ ਪੁੱਜ ਗਏ ਆ ਵੱਡੇ ਪੁੱਜ ਗਿਆ ਲਵੀ ਇਹਨੂੰ ਫੜੋ ਅਕਾਲਗੜੀਏ ਨੂੰ ਡੱਕੋ ਆਓ ਸਾਹਮਣੇ ਆ ਕੁਦਰਲੇ ਬੰਨੇ ਗੁਪਤਾ ਤੇ ਅਕਾਲਗੜੀਆ ਜੋਤੀ ਹੈ ਮੇਰੇ ਮਿੱਤਰੋ ਔਰ ਸਾਹਮਣੇ ਕਹਿੰਦੇ ਦੋ ਰੇਡਾਂ ਦਾ ਸਨਮਾਨ ਸਰਦਾਰ ਸਾਡਾ ਵੱਡਾ ਨਿੱਕਾ ਭਰਾ ਕੁਲਦੀਪ ਧਾਲੀਵਾਲ ਕੈਨੇਡਾ ਜਗਤਾਰ ਸਿੰਘ ਧਾਲੀਵਾਲ ਦਾ ਪੁੱਤਰ ਗੋਰੇ ਦਾ ਵੀਰ ਕਹਿੰਦੇ ਗਗਨ ਲਈ 500 ਦੇ ਗਏ ਬਹੁਤ ਬਹੁਤ ਧੰਨਵਾਦ ਆਓ ਕਬੱਡੀ ਕਹਿੰਦੇ ਨਿਸ਼ਾਨ
ਸਾਂਧੇ ਵਾਲੀ ਦੀ ਹੈ ਕਿ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾਂ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ, ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ, ਪਿਆਰ ਨਾਲ, ਸ਼ੌਂਕ ਨਾਲ, ਲਾਲਚ ਜਾਂ ਡੰਡੇ ਨਾਲ। ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ। ਅਗਲੀ ਰੇਡ ਰੂਪਾ ਜੋਗੇ ਵਾਲੀ ਆਪਾਂ ਵਾਧਾ ਹੋਇਆ, ਬੜਾ ਵਧੀਆ ਮੈਚ ਚੱਲ ਰਿਹਾ ਹੈ ਕਿ ਇੱਜ਼ਤ ਨਾ ਮਿਲੇ ਫਿਰੇ ਮੁਫ਼ਤ ਦੀ ਪੀਣ ਨੂੰ, ਜੱਟ ਕਾਹਦਾ ਜਿਹੜਾ ਮਾਂ ਮੰਨੇ ਨਾ ਜ਼ਮੀਨ ਨੂੰ, ਜੁਰਤਾਂ ਨਾ ਫੈਸਲੇ ਤੇ ਗਿੱਲਾ ਪੀਣ ਮਿੰਨਤਾਂ, ਜਿਹੜੇ ਅੜ ਜਾਣ ਪੈਰ ਪਿੱਛੇ ਰੱਖਦੇ ਹੀ ਨੀ ਜ਼ਿੰਦਗੀ ਦੇ ਦੋ ਰੰਗ ਮਿੱਤਰੋ, ਕੱਚੇ ਚੜ੍ਹਦੇ ਨੀ ਪੱਕੇ ਲੱਥਦੇ ਹੀ ਨੀ, ਪੱਕੇ ਲੱਥਦੇ ਨਹੀਂ। ਉਧਰਲੇ ਬੰਨੇ ਕੁਲਵੰਤ ਧਾਲੀਵਾਲ ਜੀ ਵੀ ਸਾਡੇ ਆਨੰਦ ਮਾਣਦੇ ਨੇ ਮੈਚਾਂ ਦਾ, ਬਹੁਤ ਬਹੁਤ ਧੰਨਵਾਦ। ਵਾਲੀਆ ਸੁਖਵੀਰ, ਆਹ ਜਿਹੜੀ ਸੜਕ ਸੁਲਤਾਨਪੁਰ ਲੋਧੀ ਨੂੰ ਜਾਂਦੀ ਹੈ, ਉਹ ਰੋਡ ਤੇ ਕਹਿੰਦੇ ਵੀ ਪਿੰਡ ਆ ਜੋਗੇ ਵਾਲਾ, ਭਾਈ ਭਾਗੋ ਤੇ ਨਾਨਕੇ ਦੇ ਪੋੜੇ ਠਕਰਾ ਕੇ ਬੈਠਾ ਨਾ ਲਾਲੋ ਦੀ ਝੋਪੜੀ ਚ ਜਾ ਕੇ ਉਹਦਾ ਮੁੱਢ ਤੋਂ ਗਰੀਬਾਂ ਨਾਲ ਵਾਹ। ਮੈਂ ਤਾਰਿਆਂ ਨੂੰ ਪੁੱਛਦੀ ਫਿਰਾਂ, ਮੈਨੂੰ ਦੱਸੋ ਟਿਕਾਣੇ ਵਾਲਾ ਰਾਹ, ਮੈਂ ਤਾਰਿਆਂ ਨੂੰ ਪੁੱਛਦੀ ਫਿਰਾਂ। ਆਹ ਗੱਲਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ। ਆਓ ਸਾਹਮਣੇ ਜੋਗੇ ਵਾਲੀਏ, ਗਗਨ ਨੇ ਰੇਡ ਪਾ ਦਿੱਤੀ ਹੈ ਤੰਤੀ ਅੱਖਰੀ ਭਾਸ਼ਾ ਦੇ ਵਿੱਚ। ਪਹਿਲਾ ਹਰਫ ਸਰਤਾਜ ਹੈ ਉਹਦਾ, ਪਰ ਦੂਜੇ ਪਾਸੇ ਇਹ ਆ ਕਹਿੰਦੇ ਤਖਤ ਉਪਰੇ ਵਾਲਾ ਲਵੀ, ਜਿਹਨੇ ਦੂਜਾ ਜਫਾ ਜੋਗੇ ਵਾਲੀਏ ਨੂੰ ਪਾਲਿਆ। ਗਗਨ ਦੂਜੀ ਵਾਰੀ ਫੜ ਲਿਆ ਮੁੰਡਿਆ, ਗਗਨ ਦੂਜੀ ਵਾਰੀ ਸਿੱਟ ਲਿਆ, ਦੂਜੀ ਵਾਰੀ ਟੱਕ ਲਿਆ। ਫੜ ਤਿਆਰੀ ਨਿਸ਼ਾਨ ਦੀ ਰੇਡ ਹੈ, ਨਿਸ਼ਾਨ ਲਾ ਕਿਸੇ ਦੇ ਇੱਕ ਜਹੱਤ, ਭੱਜ ਨਿਸ਼ਾਨ ਸਿਆ, ਭੱਜ ਨਿਸ਼ਾਨਾ, ਭੱਜ ਨਿਸ਼ਾਨਾ, ਭੱਜ ਨਿਸ਼ਾਨਾ। ਪਰ ਪਾਲਾ ਦਾ ਪਤੰਦਰ ਮਖੂ ਵਾਲਾ ਫਾਟਕ ਸਿੱਟ ਨੂੰ ਫਿਰਦਾ। ਗਿਬਰੂ ਹੈ ਇਹ, ਠਾਂਦੇ ਵਾਲੀਆ ਨਿਸ਼ਾਨ, ਕਦੇ ਭਿੰਡੇ ਬਰੀ ਵਾਲੀਏ ਦੀ ਹੈ, ਕਾਲੇ ਠਾਂਦੇ ਵਾਲੀਏ ਦੀਆਂ ਗੱਲਾਂ ਚੱਲੀਆਂ ਕਿ ਭਿੰਡਾ ਬਰੀ ਵਾਲ ਕਾਲਾ ਥਾਂਦੇ ਆਲਦਾ ਪਾਉਂਦੇ ਨੇ ਕਬੱਡੀ ਧਾਰ ਕੇ ਪਛਾਲਦਾ। ਲਓ ਮੈਚ ਆ ਵੀ ਚੋਟੀ ਦਾ, ਲਓ ਮੁੰਡਾ ਮੁਕਸਰੀ ਹੈ, ਅਕਾਲਗੜੀਆ ਜੋਤੀ ਰੇਡ ਪਾ ਰਿਹਾ, ਇਹਦਾ ਵੀ ਪਿੰਡ ਦੇ ਕੱਪ ਦੇ ਮੋਟਰਸਾਈਕਲ ਨਾਲ ਸਨਮਾਨ ਹੋਇਆ। ਲਓ ਕਹਿੰਦੇ ਹਰਬਰ 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 ਤੇ ਜੋਤੀ, ਜੋਤੀ ਵਾਹ ਜੋਤੀ, ਜੋਤੀ ਵੀ ਕਹਿੰਦੇ ਟੌਪ ਪਲੇਅਰ ਬਣਨਾ ਲੈ ਵੀ ਜੋਤੀ, ਪਹਿਲੀ ਵਾਰ ਨਾਲ ਦੂਜੀ ਕੁ ਵਾਰ ਤੇਰੀ ਖੇਡ ਵੇਖੀ ਹੈ, ਬੜੀ ਸੋਹਣੀ ਖੇਡ ਹੈ ਨੌਜਵਾਨਾਂ, ਪਰਮਾਤਮਾ ਤੈਨੂੰ ਹੋਰ ਤਰੱਕੀਆਂ ਦੇਵੇ। ਇਸੇ ਤਰ੍ਹਾਂ ਤੂੰ ਸਾਡੀ ਮਾਂ ਖੇਡ ਕਬੱਡੀ ਦੇ ਵਿੱਚ ਵੱਡਾ ਮਲ ਬਣ ਕੇ ਦੁਨੀਆਂ 'ਚ ਧਾਵੇ ਬੋਲੇ। ਲਓ ਉਧਰਲੇ ਬੰਨੇ ਕੋਰੇ ਵਾਲੀਆ ਸੁਖਵੀਰ, ਧਾਗੇ ਵਾਲਾ ਟੇਢਾ ਟੇਢਾ ਝਾਕਦਾ ਲੁਧਿਆਣ ਵਾਂਗੂ। ਆਓ ਸਾਹਮਣੇ ਚਾਰ ਤਿਆਰ ਨੇ, ਪਰ ਨੈਲਾ ਬਗਿਆੜ, ਆਓ ਸਾਹਮਣੇ ਕਹਿੰਦੇ ਮੰਡੀ ਕਰਨ ਦੇ ਕੰਡੇ ਵਾਂਗੂ, ਆਓ ਤੋੜ ਗਿਆ ਮੇਰੇ ਮਿੱਤਰੋ। ਅਗਲੀ ਰੇਡ ਰੂਪੇ ਦੀ ਹੈ, ਸਵਰਾਜ ਕਰੀਗਾ। ਲਓ ਕਹਿੰਦੇ ਜੋਗੇ ਵਾਲੀਆ ਰੂਪਾ ਹੈ, ਕਦੇ ਗੋਲੇ ਵਾਲੀਆ ਰੂਪਾ ਖੇਡਿਆ ਨਾ ਗਰਾਊਂਡਾਂ ਦੇ ਵਿੱਚ, ਪਰ ਜੋਗੇ ਵਾਲੀਏ ਨੇ ਰੇਡ ਪਾ ਦਿੱਤੀ ਹੈ। ਹੁਣ ਚਾਰੇ ਜਾਫੀ ਤਿਆਰ ਹੈ, ਮੈਚ ਕਹਿੰਦੇ ਬੜਾ ਵਧੀਆ ਚੱਲ ਰਿਹਾ ਹੈ, ਐਨ ਸਿਰੇ ਦੀ ਟੱਕਰ ਹੈ। ਆਹ ਘੋੜੀਏ ਪਿੰਡ ਵਾਲਾ ਹਰਮਨ ਮੁੰਡਾ ਕਮਾਲ ਦਾ ਲਗਾਈ ਹੈ, ਆਹ ਕਹਿੰਦੇ ਲੱਕ ਨੂੰ ਲਪੇਟੇ ਵੱਜ ਗਏ ਹੈ, ਆਹ ਲੱਕ ਨੂੰ ਲਪੇਟੇ ਵੱਜ ਗਏ ਹੈ, ਔਰ ਢੋਲ ਤੇ ਕਾਲੋ ਦਗੇ ਲੱਗ ਗਏ ਆ। ਪਰ ਉਧਰਲੇ ਬੰਨੇ ਨੈਲਾ ਗਰਮ ਹੋ ਗਿਆ ਲੱਗਦਾ, ਆਹ ਨੈਲਾ ਗਰਮ ਹੋ ਗਿਆ, ਆਹ ਹਰਖ ਗਿਆ, ਆਹ ਹਰਖ ਗਿਆ, ਆਹ ਹਰਖ ਗਿਆ, ਓ ਬਾਬਾ ਹਰਦਾਸੇ ਮਾਰਿਆ, ਗਗਨ ਦੇ ਆਰ ਦੇ ਗ੍ਰੇਟ ਹਸਲ ਐਂਡ ਬਸਲ ਐਂਡ ਪਲੇਅਰਸ ਪਲੇਇੰਗ ਕਬੱਡੀ 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 ਹੋਈ ਪਈ ਆ ਮੇਰੇ ਮਿੱਤਰੋ। ਅਗਲੀ ਰੇਡ ਕਹਿੰਦੇ ਨੌਜਵਾਨ ਸੁਖਵੀਰ ਪਾਵੇਗਾ, ਮੈਚ ਦੀ ਸਮਾਪਤੀ ਹੈ। ਨੈਲਾ ਦਾ ਚੰਦਰਾ ਬਾਲਾ ਹਰਖ ਗਿਆ ਕਿ ਗੁਰੂ ਘਰੇ ਕੀਤੀ ਦਾਨ ਚੀਜ਼ ਉੱਤੇ ਨਾਂ ਨਹੀਂ ਲਿਖਾਈ ਦੇ, ਜੱਟ ਸਾਧ ਸਾਨਤ ਨੇ ਬੁਰੇ ਵਿਗੜੇ, ਬਹੁਤੇ ਨੀ ਤਪਾਈ ਦੇ, ਬਹੁਤੇ ਨੀ ਤਪਾਈ ਦੇ। ਇਸ ਮੈਚ ਦੇ ਵਿੱਚੋਂ ਜੋਗਿਆਂ ਦੀ ਟੀਮ ਬਾਜੀ ਮਾਰ ਗਈ ਹੈ, ਆਹ ਮੈਚ ਦੇ ਵਿੱਚੋਂ ਜੋਗਿਆਂ ਦੇ ਖਿਡਾਰੀ ਜੇਤੂ ਰਹੇ ਹੈ। ਹਾਂਜੀ।